ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜਸleen ਕੌਰ ਕੈਂਪ ਅੰਮ੍ਰਿਤਿੰਦੋ ਕੈਨੇਡੀਅਨ ਅਕਾਦਮਿਕ ਸਕੂਲ ਦੀ ਮੰਜਵੀ ਦੀ ਵਿਦਿਆਰਥਣ ਹਾਂ ਮੈਂ ਆਪਣੀ ਪੰਜਾਬੀ ਦੀ ਕਿਤਾਬ ਨਿਰਮੋਲਕ ਤੇ ਪਾਠ 9 ਰਾਜ ਦੀ ਗੱਲ ਵਿੱਚੋਂ ਇੱਕ ਜਾਣਕਾਰੀ ਦੇਣ ਜਾ ਰਹੀ ਹਾਂ ਮੇਰਾ ਅੱਜ ਦਾ ਵਿਸ਼ਾ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕ ਦੋਖ ਸੁਖ ਸੰਚੇ ਕਰਦੇ ਸਨ ਤੇ ਤੰਦਰੁਸਤ ਜੀਵਨ ਬਤੀਤ ਕਰਦੇ ਸਨ ਪਰ ਅੱਜ ਕੱਲ ਕਿਉਂ ਨਹੀਂ ਕਿਉਂਕਿ ਆਧੁਨਿਕ ਯੁੱਗ ਇੱਕ ਮਸ਼ੀਨਰੀ ਯੁੱਗ ਬਣ ਗਿਆ ਹੈ ਮਨੁੱਖ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਉਹ ਆਪਣੇ ਕੰਮਕਾਰ ਵਿੱਚ ਇੰਨਾ ਵਿਅਸਤ ਹੋ ਗਿਆ ਹੈ ਕਿ ਉਹ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਿਹਾ ਹੈ ਅੱਜ ਕੱਲ ਮਨੁੱਖ ਆਪਣੇ ਪਰਿਵਾਰ ਵਿਚ ਬੈਠਣਾ ਹੱਸਣਾ ਖੇਡਣਾ ਪੁੱਲ ਗਿਆ ਹੈ ਬੱਚੇ ਵੀ ਆਪਣਨੇ ਮਾਪੇ ਨਾਲ ਬੈਠਣਾ ਪਸੰਦ ਨਹੀਂ ਕਰਦੇ ਸਮੇਂ ਦੀ ਕਾਟ ਹੋਣ ਕਰਕੇ ਸਾਨੂੰ ਇੱਕ ਦੂਸਰੇ ਦੇ ਸੁੱਖ ਦੁੱਖ ਦਾ ਪਤਾ ਨਹੀਂ ਲੱਗ ਰਿਹਾ ਅੱਜਕੱਲ ਜਿੱਥੇ ਬੱਚਾ ਕੋ ਮਾਪੇ ਲਈ ਸਮਾਂ ਨਹੀਂ ਹੈ ਉਸੇ ਤਰ੍ਹਾਂ ਅੱਜਕੱਲ ਮਾਪੇ ਵੀ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ پا ਰਹੇ ਹਨ ਕਿਉਂਕਿ ਅੱਜਕੱਲ ਮਾਤ ਦੇ ਪਾਪ ਦੋਨੇ ਹੀ ਨੌਕਰੀ ਪੇਸ਼ਾ ਹਨ ਮਾਪੇ ਕੰਮ ਤੇ ਜਾਂ ਤੋਂ ਬਾਅਦ ਬੱਚੇ ਘਰ ਵਿੱਚ ਇਕੱਲੇ ਰਹਿ ਜਾਂਦੇ ਹਨ ਬੱਚੇ ਆਪਣਾ ਸਾਰਾ ਸਮਾਂ ਮੋਬਾਈਲ ਤੇ ਗੇਮਾਂ ਖੇਡ ਕੇ ਬਤੀਤ ਕਰਦੇ ਸਨ ਸੰਮੇ ਦੀ ਕਾਠੋਂ ਕਰਕੇ ਮਨੁੱਖ ਦੇ ਜੀਵਨ ਵਿੱਚ ਤਣਾਅ ਬਹੁਤ ਵੱਧ ਗਿਆ ਹੈ ਜੀਵਨ ਵਿੱਚ ਤਣਾਅ ਹੋਣ ਕਰਕੇ ਮਨੁੱਖ ਹੱਸਣਾ ਖੇਡਣਾ ਭੁੱਲ ਗਿਆ ਹੈ ਹਰ ਸਮੇਂ ਦੁਖੀ ਰਹਿੰਦਾ ਹੈ ਇੱਕ ਦੁਖੀ ਆਦਮੀ ਕਦੇ ਵੀ ਤੰਦਰੁਸਤ ਨਹੀਂ ਰਹਿ ਸਕਦਾ ਤਨਾਹ ਹੀ ਇੱਕ ਕਾਰਨ ਹੈ ਕਿ ਅੱਜ ਕੱਲ ਮਨੁੱਖ ਤੰਦਰੁਸਤ ਨਹੀਂ ਹੈ ਧੰਨਵਾਦ